कुछ व्यापारी दो नंबरी व्यापारी ईवन लोहा भी जब दो नंबर खरीदते हैं तो दो नंबर बेचते हैं वो वैट तो रहत होगा उस वैट नहीं लग्या डिफरेंसेस ने मार्केट ता ही रेट डिफरेंस है तो जब सही व्यापारी है वो सफर कर ਇਹਦੇ ਚ ਇੱਕ ਚੀਜ਼ ਦੱਸੋ ਵੀ ਜਦੋਂ ਕੰਪਨੀਆਂ ਤੋਂ ਸਮਾਨ ਆਉਂਦਾ ਬ੍ਰਾਂਡਡ ਕੰਪਨੀਆਂ ਤੋਂ ਸਮਾਨ ਆਉਂਦਾ ਉਹਦੇ ਚ ਫਿਰ ਟੈਕਸ ਰਹਿਤ ਹੋ ਕੇ ਕਿਵੇਂ ਨਿਕਲ ਜਾਂਦਾ ਕਿਉਂਕਿ ਉਹ ਤਾਂ ਥਰੂ ਚੈਨਲ ਚੱਲਦੀਆਂ ਨੇ ਹਲਦੀਰਾਮ ਇੱਕ ਬ੍ਰਾਂਡਡ ਕੰਪਨੀ ਹੈਗੀ ਹੈ ਮੈਂ ਹਲਦੀਰਾਮ ਦਾ ਡਾਟਾ ਲੈ ਕੇ ਆਇਆ ਸੀਗਾ ਉਹ ਹਲਦੀਰਾਮ ਦਾ ਡਾਟਾ ਲੈ ਕੇ ਆਇਆ ਸੀਗਾ ਉੱਥੇ ਤਾਂ ਜਮ੍ਹਾਂ ਖਰਚ ਹੁੰਦਾ ਸੀਗਾ ਇੱਥੋਂ ਸੀ ਫਾਰਮ ਐਫ ਫਾਰਮ ਦਿੰਦੇ ਸੀਗੇ ਜਿਹਦੇ ਅਗੇਂਸਟ ਮਾਲ ਮੰਗਵਾਇਆ ਜਾਂਦਾ ਸੀ ਠੀਕ ਹੈ ਜੀ ਔਰ ਇੱਥੇ ਜਿਹੜਾ ਹੈਗਾ ਦੋ ਨੰਬਰ ਦੀ ਟਰਾਂਸਪੋਰਟਾਂ ਚੱਲਦਾ ਸੀਗਾ ਇੱਥੇ ਜਮ੍ਹਾਂ ਖਰਚ ਨਹੀਂ ਹੁੰਦਾ ਸੀਗਾ ਔਰ ਉਹਦੇ ਵਿੱਚੋਂ ਸਾਰਾ ਵੈਟ ਖੁਦ ਖਾ ਜਾਂਦੇ ਸੀਗੇ ਡੀਲਰ ਇਹੀ ਚੀਜ਼ ਜਿਹੜੀ ਹੈਗੀ ਹੈ ਵੈਟ ਨਾਲ ਹੋਈ ਹੈ ਇਹਨਾਂ 'ਚ ਇਹੀ ਚੀਜ਼ ਹੈ ਮੈਂ ਮਿਲਕ ਫੂਡ ਦਾ 475 ਕਰੋੜ ਦਾ ਕੱਪੜਾ ਫੜਿਆ ਸੀਗਾ ਦੇ 44,000 ਕਰੋੜ ਦੇ ਘਾਟਾ ਹੀ ਕਹਾਂਗੇ ਕਿਉਂਕਿ ਜੇ ਸਰਕਾਰ ਕੋਲ ਪੈਸਾ ਨਹੀਂ ਆਇਆ ਉਹਦੀ ਗੱਲ ਕਰਾਂਗੇ ਨਾਲ ਹੀ ਤੁਹਾਨੂੰ ਫਾਈਲਾਂ ਦਿਖਾ ਦਿੰਦੇ ਹਾਂ ਆਹ ਫਾਈਲਾਂ ਦੇ ਵਿੱਚੋਂ ਇੱਕ ਚੀਜ਼ ਹੋਰ ਵੀ ਦੱਸਾਂਗੇ ਕਿ ਆਖਰਕਾਰ ਹੈ ਤਾਂ ਖੈਰ ਲੋਕਾਂ ਵਾਸਤੇ ਤਾਂ ਕਹਿ ਸਕਦੇ ਹਾਂ ਕਿ ਚੰਗੀ ਕਿਉਂਕਿ ਜਦੋਂ ਕਿਤੋਂ ਟੈਕਸ ਚੋਰੀਆਂ ਹੁੰਦੀਆਂ ਨੇ ਜਦੋਂ ਇਹ ਵੈਟ ਦੀ ਗੱਲ ਕਰਾਂਗੇ ਵੈਟ ਚੋਰੀ ਹੋਇਆ ਤਾਂ ਆਖਰ ਕਰਕੇ ਲੋਕਾਂ ਨੂੰ ਸਮਾਨ ਤਾਂ ਸਸਤਾ ਮਿਲਿਆ LED ਫਰਿੱਜ ਤਮਾਮ ਇਲੈਕਟ੍ਰੋਨਿਕ ਗੁੱਡਸ ਨੇ ਜਿਹੜੇ ਜਦੋਂ ਆਉਂਦੇ ਨੇ ਜਦੋਂ ਟੈਕਸ ਤੋਂ ਰਹਿਤ ਹੋ ਜਾਂਦੇ ਨੇ ਤਾਂ ਜ਼ਾਹਿਰ ਜੀ ਗੱਲ ਹੈ ਸਸਤੇ ਹੋ ਜਾਂਦੇ ਨੇ ਜਿਹੜਾ ਇਮਾਨਦਾਰ ਦੁਕਾਨਦਾਰ ਆ ਉਹਨੂੰ ਪੈਸੇ ਜ਼ਿਆਦਾ ਦੇਣੇ ਪੈਂਦੇ ਨੇਗੇ ਕਿਉਂਕਿ ਜਦੋਂ ਟੈਕਸ ਭਰਦਾ ਤਾਂ ਉਹਨੂੰ ਲੈਣੇ ਵੀ ਜ਼ਿਆਦਾ ਪੈਂਦੇ ਨੇ ਦੂਜਾ ਚੋਰ ਦੁਕਾਨਦਾਰ ਹੈ ਤਾਂ ਆਖਰਕਾਰ ਉਹ ਸਸਤੀਆਂ ਚੀਜ਼ਾਂ ਵੇਚਦਾ ਘਾਟਾ ਉਹਨੂੰ ਵੀ ਪੈਂਦਾ ਸਰਕਾਰ ਠੁੱਗੀ 44,000 ਕਰੋੜ ਨੂੰ ਇਹ ਦਾਅਵਾ ਹੈਗਾ MS ਮੱਟਾ ਜੀ ਦਾ DATC ਰਹੇ ਨੇਗੇ ਡਿਪਾਰਟਮੈਂਟ ਦੇ ਵੱਡੇ ਅਫਸਰ ਰਹੇ ਨੇ ਪਰ ਆਖਰਕਾਰ ਫਾਈਲਾਂ ਇਹ ਸਾਰੀਆਂ ਚੱਕ ਕੇ ਕਈ ਥਾਵੇਂ ਜਾਏ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਮੱਟਾ ਜੀ ਦੇਖੀਏ ਤਾਂ ਜਿਹੜਾ ਸਮਾਨ ਬਾਜ਼ਾਰਾਂ 'ਚ ਸਸਤਾ ਮਿਲ ਰਿਹਾ ਹੁੰਦਾ ਉਹਦਾ ਇਹੀ ਕਾਰਨ ਹੈ ਵੀ ਫਿਰ ਇਹੋ ਜਿਹੀਆਂ ਫਾਈਲਾਂ ਤੁਹਾਡੇ ਵਰਗੇ ਲੋਕ ਬਣਾ ਲੈਂਦੇ ਨੇ ਹਾਂ ਬ੍ਰਦਰ ਇੱਦਾਂ ਕਿ ਕੁਛ ਵਪਾਰੀ ਦੋ ਨੰਬਰੀ ਵਪਾਰੀ ਈਵਨ ਲੋਹਾ ਵੀ ਜਦ ਦੋ ਨੰਬਰ 'ਚ ਖਰੀਦਦੇ ਹੈ ਅਤੇ ਉਹ ਦੋ ਨੰਬਰ 'ਚ ਵੇਚਦੇ ਹੈ ਉਹ ਵੈਟ ਤੋਂ ਰਹਿਤ ਹੁੰਦਾ ਉਹਦੇ 'ਚ ਵੈਟ ਨਹੀਂ ਲੱਗਿਆ ਹੁੰਦਾ ਤਾਂ ਹੀ ਰੇਟ ਦੇ ਡਿਫਰੈਂਸਿਸ ਨੇ ਮਾਰਕੀਟਾਂ 'ਚ ਤਾਂ ਹੀ ਰੇਟ 'ਚ ਡਿਫਰੈਂਸ ਹੈਗੇ ਉਹ ਜਿਹੜਾ ਸਹੀ ਵਪਾਰੀ ਹੈ ਉਹ ਸਫ਼ਰ ਕਰਦਾ ਪਰ ਜਦੋਂ ਇੱਕ ਚੀਜ਼ ਹੋਰ ਸਮਝਾਇਓ ਇਹਦੇ 'ਚ ਇਹਦੇ 'ਤੇ ਵੀ ਆਵਾਂਗੇ ਵੀ ਆਖਰ ਹੁਕ ਰਿਹਾ ਕਿਉਂਕਿ ਲੋਕਾਂ ਨੂੰ ਸਮਝਣ ਦੀ ਬੜੀ ਲੋੜ ਹੈ ਕਿਉਂਕਿ ਜਿਹੜੇ ਇਮਾਨਦਾਰ ਲੋਕ ਨੇ ਜਿਹੜੇ ਚਾਹੁੰਦੇ ਨੇ ਅਸੀਂ ਟੈਕਸ ਸਹੀ ਭਰੀਏ ਤਾਂ ਉਹ ਸਮਾਨ ਵੀ ਸਹੀ ਥਾਵੋਂ ਖਰੀਦਣ ਇਹਦੇ 'ਚ ਇੱਕ ਚੀਜ਼ ਦੱਸੋ ਵੀ ਜਦੋਂ ਕੰਪਨੀਆਂ ਤੋਂ ਸਮਾਨ ਆਉਂਦਾ ਬ੍ਰਾਂਡਡ ਕੰਪਨੀਆਂ ਤੋਂ ਸਮਾਨ ਆਉਂਦਾ ਉਹਦੇ 'ਚ ਫਿਰ ਟੈਕਸ ਰਹਿਤ ਹੋ ਕੇ ਕਿਵੇਂ ਨਿਕਲ ਜਾਂਦਾ ਕਿਉਂਕਿ ਉਹ ਤਾਂ ਥਰੂ ਚੈਨਲ ਚੱਲਦੀਆਂ ਨੇ ਤੁਹਾਨੂੰ ਬੜੀ ਪਿਆਰੀ ਗੱਲ ਸੁਣਾਵਾਂ ਮੈਂ ਹਲਦੀਰਾਮ ਇੱਕ ਬ੍ਰਾਂਡਡ ਕੰਪਨੀ ਹੈਗੀ ਹੈ ਮੈਂ ਹਲਦੀਰਾਮ ਦਾ ਡਾਟਾ ਲੈ ਕੇ ਆਇਆ ਸੀਗਾ ਦਿੱਲੀ ਤੋਂ ਦਬਕਾ ਮਾਰਿਆ ਸੀਗਾ ਮੈਨੂੰ ਇੱਥੋਂ ਦੇ ਮਿਨਿਸਟਰ ਨੇ ਉਸ ਟਾਈਮ ਦੇ ਮਿਨਿਸਟਰ ਨੇ ਮੈਨੂੰ ਦਬਕਾ ਮਾਰਿਆ ਸੀਗਾ ਮੈਂ ਨਾਂ ਨਹੀਂ ਲਾਂਗਾ ਹੀ ਇਜ਼ ਨੋ ਮੋਰ ਇਸ ਕਰਕੇ ਮੈਂ ਇੱਕ ਡੈਡ ਬੰਦੇ ਦੇ ਅਗੇਂਸਟ ਮੈਂ ਨਹੀਂ ਕੁਝ ਬੋਲਾਂਗਾ ਉਹ ਹਲਦੀਰਾਮ ਦਾ ਡਾਟਾ ਲੈ ਕੇ ਆਇਆ ਸੀਗਾ ਉੱਥੇ ਤਾਂ ਜਮ੍ਹਾਂ ਖਰਚ ਹੁੰਦਾ ਸੀਗਾ ਇੱਥੋਂ ਸੀ ਫਾਰਮ ਐਫ ਫਾਰਮ ਦਿੰਦੇ ਸੀਗੇ ਜਿਹਦੇ ਅਗੇਂਸਟ ਮਾਲ ਮੰਗਵਾਇਆ ਜਾਂਦਾ ਸੀਗਾ ਠੀਕ ਹੈ ਜੀ ਔਰ ਇੱਥੇ ਜਿਹੜਾ ਹੈਗਾ ਦੋ ਨੰਬਰ ਦੀ ਟਰਾਂਸਪੋਰਟਾਂ ਚੱਲਦਾ ਸੀਗਾ ਇੱਥੇ ਜਮ੍ਹਾਂ ਖਰਚ ਨਹੀਂ ਹੁੰਦਾ ਸੀਗਾ ਔਰ ਉਹਦੇ ਵਿੱਚੋਂ ਸਾਰਾ ਵੈਟ ਖੁਦ ਖਾ ਜਾਂਦੇ ਸੀਗੇ ਡੀਲਰ ਇਹੀ ਚੀਜ਼ ਜਿਹੜੀ ਹੈਗੀ ਹੈ ਵੈਟ ਨਾਲ ਹੋਈ ਹੈ ਇਹਨਾਂ 'ਚ ਇਹੀ ਚੀਜ਼ ਹੈ ਮੈਂ ਮਿਲਕ ਫੂਡ ਦਾ 475 ਕਰੋੜ ਦਾ ਕੱਪੜਾ ਫੜਿਆ ਸੀਗਾ ਮੈਂ ਇੱਕ ਓਪਨ ਲੈਟਰ ਲਿਖੀ ਸੀਗੀ 17 December 2014 ਨੂੰ ਜਿਹਦੇ 'ਚ ਮੈਂ ਆਪਣੇ 20-21 ਵਧੀਆ ਜਿੰਨੀਆਂ ਮੈਂ ਸੀਗੀਆਂ ਇੰਸਪੈਕਸ਼ਨ ਪਾਈਆਂ ਸੀਗੀਆਂ ਮੈਂ ਲਿਖੀਆਂ ਸੀ ਮਿਸਟਰ ਅਨੁਰਾਗ ਵਰਮਾ ਨੂੰ ਲਿਖੀਆਂ ਸੀਗੀਆਂ ਕਿ ਮੈਨੂੰ ਦੱਸਿਆ ਜਾਵੇ ਮੇਰੀ ਫਲਾਣੀ ਟੀਮ ਮੇਰੇ ਨਾਲ ਗਈ ਸੀਗੀ ਫਲਾਣਾ ਫਲਾਣਾ ਸੀਗਾ ਅਸੀਂ ਐਕ 'ਚ ਫੜਿਆ ਸੀਗਾ ਉਹਨੇ ਉਸ ਚੀਜ਼ ਦਾ ਜਵਾਬ ਹੀ ਨਹੀਂ ਦਿੱਤਾ ਉਹ 17 ਮੇਰੀ ਜਿਹੜੀ PIL ਹੈ ਇਹਦੇ ਵਿੱਚ ਕੁਝ ਫਰਮਾਂ ਦਾ ਪਹਿਲੇ ਪੈਰ ਦੇ ਵਿੱਚ ਲਿਖਿਆ ਕਿ ਕੈਪਟਨ YS ਮਾਟਾ ਨੇ ਪਹਿਲਾਂ ਪੁਰਾਣੇ ਇੰਨਾ ਕੇਸਿਸ ਜਿਹੜੇ ਫੜੇ ਸੀਗੇ ਸਾਰੀਆਂ ਵੱਡੀਆਂ ਫਰਮਾਂ ਨੇ ਉਹ ਸਾਰੀਆਂ ਵੱਡੀਆਂ ਫਰਮਾਂ ਮੈਂ ਜੋਧਪੁਰ ਗਿਆ ਸੀਗਾ ਜੀ ਮੈਂ ਸ਼ਿਵਾ ਕਾਸੀ ਗਿਆ ਸੀਗਾ ਜੀ ਮੈਂ ਸਿਲਵਾਸਾ ਤੋਂ ਮਿਲਕ ਫੂਡ ਵਾਲਿਆਂ ਦਾ ਲੈ ਕੇ ਆਇਆ ਸੀਗਾ ਰਿਕਾਰਡ ਉੱਥੇ ਫਰਮਾਂ ਹੀ ਐਗਜਿਸਟ ਨਹੀਂ ਕਰਦੀਆਂ ਸੀਗੀਆਂ ਆ ਸਾਰਾ ਮਾਲ ਦਿੱਲੀ ਆਪਣਾ ਜਮ੍ਹਾਂ ਖਰਚ ਹੋ ਜਾਂਦਾ ਸੀਗਾ ਜਿਹੜਾ ਕਿ ਟੈਕਸ ਇੱਥੇ ਭਰਨਾ ਪੈਂਦਾ ਸੀਗਾ
ब्रांडेड आइटम जिवें तुसीं दस्सिया एडे वड्डे ब्रांड ब्रांड दा तुसीं नां लिया जे इह जिहड़ियां ब्रांडेड आइटम्स जदों आउंदियां ने उही जे कहीए कि कंपनी दे शोरूम ते इधरों 2000 जां 3000 जां 5000 तक सस्ती हुंदी है दूजे पासे महंगी हुंदी है कंपनियां दा नहीं कल्लू फिर आपस च रौला पैंदा क्योंकि तुहाडे थ्रू चैक भी हो जांदा हू कदे कि आखिरकार इन्ना टैक्स भर के जदों थ्रू चैनल चीज़ आई है ब्रदर कंपनियां बड़ा रौला पाउंदियां बट कई की होंदा जिहड़े इत्थों दे सही डीलर हणगे जब वह जना सही भरया ओही उस गरी गेट च पै जांदे कि वैसे भी कर लईए अहीं चार पैसे कमा लईए यूसी एक गलत उहदे नाल कहिंदे वन रॉटन एप्पल स्पॉयल्स द होल ब्लॉक सारिआं नूं अपना एक सड़िया होया जिहड़ा है ना सेब उह सारिआं नूं खराब कर दिंदा ਇਹ ਫਿਰ ਜਦੋਂ ਐਡੇ ਐਡੇ ਬ੍ਰਾਂਡਾਂ ਦੇ ਜੇ ਕਹੀਏ ਕਿ ਜ਼ਾਹਿਰ ਜੀ ਗੱਲ ਆ ਜਾਂ ਤੁਸੀਂ ਪੰਗਾ ਲਿਆ ਤਾਂ ਤੁਹਾਨੂੰ ਕਦੇ ਪੈਸੇ ਨਹੀਂ ਦੇਣਾ ਹੈ ਫਿਰ ਵੀ ਛੱਡੋ ਪਰੇ ਤੁਸੀਂ ਕਾਹਨੂੰ ਹੁਣ ਆਫਸਰ ਲੋਬੀ ਤਾਂ ਬਹੁਤ ਕੰਮ ਕਰਦੀ ਹੈ ਹਰ ਇੱਕ ਦੀ ਰੈਪੂਟੇਸ਼ਨ ਪਹਿਲਾਂ ਟਰੈਵਲ ਕਰਦੀ ਹੈ ਵੀ ਆਫਸਰ ਕਿੱਦਾਂ ਦਾ ਹੈਗਾ ਹਰ ਇੱਕ ਦੀ ਮੈਂ ਅਜਿਹਾ ਤਾਕੜ ਆਫਸਰ ਰਿਹਾ ਮੈਨੂੰ ਇੱਥੋਂ ਬਦਲ ਦਿੰਦੇ ਸੀਗੇ ਮੈਂ ਕਦੇ ਮਿਨਿਸਟਰ ਨੂੰ ਅਪਲਾਈਜ ਨਹੀਂ ਕੀਤਾ ਮੈਨੂੰ ਬਦਲ ਦਿੰਦੇ ਸੀ ਖੁੱਡੀਆ ਲਾਈਨ ਖੁੱਡੀਆ ਲਾਈਨ ਵਾਲੀ ਕੀ ਸੀਗਾ ਕਿ ਐਕਸਾਈਜ਼ ਐਂਡ ਟੈਕਸੇਸ਼ਨ ਕਮਿਸ਼ਨਰ ਹੈੱਡ ਆਫਿਸ ਪਟਿਆਲਾ ਮੈਂ ਉੱਥੇ ਸਾਈਡ ਲਾਈਨ 'ਚ ਲਾਇਆ ਆਰ ਟੀ ਆਈ 'ਚ ਮੈਨੂੰ ਲਾਇਆ ਇਹੋ ਜਿਹੇ ਠੁੱਡੇ ਲਾਈਨ ਲੱਗਿਆ ਮੈਂ ਆਰ ਟੀ ਆਈ ਤੋਂ ਸਿੱਖ ਕੇ ਤਾਂ ਮੈਂ ਸਾਰਾ ਡਾਟਾ ਜਿਹੜਾ ਹੈਗਾ ਕਰ ਰਿਹਾ ਮੈਂ ਆਪਣੀ ਸਪਿਰਚੁਅਲ ਪ੍ਰੋਗਰੈਸ ਜਿਹੜੀ ਮੇਰੀ ਸਟਾਰਟ ਹੋ ਜਾਂਦੀ ਮੈਂ ਅਧਿਆਤਮ ਦੇ ਵਿੱਚ ਚੱਲਦਾ ਗਿਆ ਮੈਂ ਪਰਮਾਤਮਾ ਦੇ ਨੇੜੇ ਹੋ ਗਿਆ ਟ੍ਰਾਂਸਫਰ ਕਿੰਨੀ ਹੋਈਆਂ ਤੁਹਾਡੀਆਂ ਬੜੀਆਂ ਹੋਈਆਂ ਜੀ ਜਦ ਕਦੇ ਮੈਂ ਪੰਗਾ ਲਿੱਤਾ ਮੇਰੀ ਟ੍ਰਾਂਸਫਰ ਹੈੱਡ ਆਫਿਸ ਲੱਗ ਜਾਂਦੀ ਹੱਦ ਹੋ ਗਈ ਮੈਂ ਉਹ ਗਿਣਤੀ ਨਹੀਂ ਲੈ ਕੇ ਆਇਆ 14-15 ਹੋਈਆਂ ਉਹ ਟੋਟਲ ਲਾਈਫ ਟਾਈਮ 14-15 ਹੋਈਆਂ ਪਰ ਇਹ ਜਿਹੜਾ ਕਹੀਏ ਕਿ 44,000 ਕਰੋੜ ਬਹੁਤ ਵੱਡੀ ਰਕਮ ਹੈ ਇਹਨੇ ਨਾਲ ਤਾਂ ਪੰਜਾਬ ਨੂੰ ਅੱਧੇ ਨੂੰ ਤੁਸੀਂ ਅਮੀਰ ਕਰਵਾ ਦਿਓ ਬ੍ਰਦਰ ਐਦਾਂ ਹੈ 44,000 ਕਰੋੜ ਚੋਂ ਮੈਂ ਐ ਨਹੀਂ ਕਿ ਸਾਰਾ ਹੀ ਇਸ ਤੇ ਟੈਕਸੇਬਲ ਸੀਗਾ ਐਸਾ ਕੁਝ ਟੈਕਸ ਫ੍ਰੀ ਹੋਊਗਾ ਕੁਝ ਜੇ ਸਹੀ ਵਪਾਰੀ ਉਹਨੇ ਜਮਾ ਖਰਚ ਵੀ ਕੀਤਾ ਹੋਊਗਾ ਨਾ ਕਲੈਕਸ਼ਨ ਕਿਵੇਂ ਕਰੀ ਤੁਸੀਂ ਇਹ ਵੀ ਇਹ ਇੰਨਾ ਕੁ ਬਣਦਾ ਚਲੋ ਜੇ ਲਗਭਗ ਵੀ ਕਹੀਏ ਚਲੋ ਜੇ 44,000 ਕਰੋੜ ਕਹੀਏ 30,000 ਕਰੋੜ ਵੀ ਹੈਗਾ ਉਸ ਤੇ 5% ਟੈਕਸ ਹੈਗਾ ਤਾਂ ਕਿੰਨਾ ਹੋ ਗਿਆ ਕੀ ਮਾਲ ਕੀ ਸੀ ਇਹ ਜਿਹੜਾ ਤੁਸੀਂ ਇਹਦੇ ਵਿੱਚ ਕੈਮੀਕਲਸ ਸੀਗੇ ਇਹ 'ਚ ਵੇਰੀਅਸ ਟਾਈਪਸ ਆਫ ਸਕਰੈਪ ਸੀਗੇ ਇਹਦੇ ਵਿੱਚ ਕਾਪਰ ਨਿਕਲ ਬਰਾਸ ਅਲਮੀਨੀਅਮ ਸਟੀਲ ਆਇਰਨ ਐਂਡ ਇਹ ਕੋਇਲਸ ਐਂਡ ਦੀਆਂ ਫੋਇਲਸ ਐਂਡ ਇਹਦੇ ਜਿਹੜਾ ਆਪਣਾ ਸਕਰੈਪ ਐਂਡ ਬਹੁਤ ਕੁਛ ਸੀਗਾ ਇਹ 'ਚ ਫਿਰ ਤੁਹਾਡਾ ਆਪਣਾ ਕੀ ਕਹਿੰਦੇ ਆ ਤੁਹਾਡਾ ਯਾਨਸ ਐਕਰੀਲਿਕ ਯਾਨ ਦੂਜਾ ਯਾਨ ਜਿਹਨਾਂ 'ਤੇ ਟੈਕਸ ਲੱਗਦਾ ਸੀਗਾ ਉਹ ਬਹੁਤ ਆਇਆ ਚੰਗਾ ਜੀ ਇਹਨੂੰ ਕਰੋ ਇਹ ਜਿਹੜਾ ਇੰਨੀ ਤੁਹਾਡੇ ਖਿਲਾਫ ਅਸੀਂ ਕਾਰਵਾਈ ਕਰਾਂਗੇ ਇਹਨੂੰ ਤਾਂ ਹੀ ਕਿਹਾ ਚੰਗਾ ਟਾਈਮ ਬਾਹਰ ਕਢਵਾ ਦਾਂਗੇ ਜਦ ਮੈਂ 2013 ਚ ਇਨਫੋਰਮੇਸ਼ਨ ਦਿੱਤੀ ਹੈ ਵੱਧ ਤੋਂ ਵੱਧ 6 ਮਹੀਨਿਆਂ ਦੇ ਵਿੱਚ ਅਸੈਸਮੈਂਟ ਹੋ ਸਕਦੀ ਸੀ ਸੈਕਸ਼ਨ 27 ਔਰ ਪੰਜਾਬ ਵੈਟ ਐਕਟ ਉਹ ਅਸੈਸਮੈਂਟ ਨੂੰ ਡੀਲ ਕਰਦਾ ਹੈ ਸਮਝੇ ਉਹਦੇ ਵਿੱਚ ਇੱਕ ਹੋਰ ਰੂਲ ਹੈਗਾ ਰੂਲ 43 ਜਾਂ ਕਿਹੜਾ ਉਹਦੇ ਵਿੱਚ ਹੈਗਾ ਕਿ ਵੀ ਕਮਿਸ਼ਨਰ ਨੇ ਵੈਬਸਾਈਟ ਦੇ ਉੱਤੇ ਡਿਸਪਲੇ ਕਰਨਾ ਕਿ ਫਲਾਣਾ ਫਲਾਣਾ ਕੇਸ ਫਲਾਣੇ ਫਲਾਣੇ ਨੇ ਅਸੈਸਮੈਂਟ ਕਰਨੀ ਹੈ ਇੱਕ ETO ਜਾਂ ATC ਆਪਣੇ ਲੈਵਲ 'ਤੇ ਅਸੈਸਮੈਂਟ ਨਹੀਂ ਕਰ ਸਕਦਾ ਸੀ ਔਰ ਵੈਟ ਟੈਕਸ ਦੀ ਜਿਹੜੀ ਹੈਗੀ ਨਾ ਕੰਟਰੋਲ ਕਰਨਾ ਉਹਨੂੰ ਪ੍ਰੋਟੈਕਟ ਕਰਨਾ ਇਹ ਕਮਿਸ਼ਨਰ ਦੀ ਜਿਹੜੀ ਹੈਗੀ ਹੈ ਡਿਊਟੀ ਬਣਦੀ ਸੀ ਅੰਡਰ ਰੂਲ 92 ਆਫ ਵੈਟ ਰੂਲਸ ਅਤੇ ਫਿਰ ਇਹ ਮਟਾ ਜੀ ਗੱਲ ਦੱਸੋ ਕਿ ਤੁਸੀਂ ਫੌਜ ਦੇ ਕੈਪਟਨ ਰਹੇ ਫੌਜ 'ਚ ਉਦੋਂ ਬਾਅਦ 'ਚ ਐਡੀ ਵੱਡੀ ਪੋਸਟ ਚਲੋ ਥੋੜ੍ਹੀ ਜਿਹੀ ਕਹੀਏ ਕਿ ਪੂਰੀ ਪੰਗੇਬਾਜ਼ ਰਹੀ ਕਿਤੇ ਨਾ ਕਿਤੇ ਬਦਲੀਆਂ ਹੁੰਦੀਆਂ ਰਹੀਆਂ ਉਦੋਂ ਬਾਅਦ ਰਿਟਾਇਰ ਹੋ ਗਏ ਆਰਾਮ ਨਾਲ ਸੁੱਖ ਦੀ ਜ਼ਿੰਦਗੀ ਕਿਉਂ ਨਹੀਂ ਬਤੀਤ ਕਰ ਰਹੇ ਅੱਜ ਵੀ ਆਹ ਫਾਈਲਾਂ ਦਾ ਬਹੁਤ ਚੱਕੀ ਫਿਰ ਰਹੇ ਹਾਂ ਉਹ ਬ੍ਰਦਰ ਮੈਂ ਫੌਜ ਦੇ ਵਿੱਚ ਕਮਾਂਡੋ ਕੋਰਸ ਕੀਤਾ ਹੋਇਆ ਕਮਾਂਡੋ ਕੁਆਲੀਫਾਈਡ ਹਾਂ ਜਿੰਨੇ ਕੋਰਸਿਸ ਕੀਤੇ ਹੈ ਸਾਰੇ 'ਚ ਮੈਂ ਟੋਪਰ ਰਿਹਾ ਮੇਰਾ ਨਾਂ ਮਹਾਰਾਸ਼ਟਰ ਦੇ ਸਕੂਲ ਆਫ ਆਰਟਿਲਰੀ ਦੇ ਵਿੱਚ ਲਿਖਿਆ ਹੋਇਆ ਹੈ ਮੈਨੂੰ ਸਿਲਵਰ ਗਨ ਮਿਲੀ ਹੋਈ ਹੈ ਫੌਜੀ ਮਰ ਜਾਏਗਾ ਡਰੂਗਾ ਨਹੀਂ ਉਹ ਥੱਕੂਗਾ ਨਹੀਂ ਆਈ ਹੈਵ ਰਿਟਾਇਰਡ ਬਟ ਆਈ ਐਮ ਨੋਟ ਟਾਇਰਡ ਅੰਡਰਸਟੈਂਡ ਆਈ ਐਮ ਰਿਟਾਇਰਡ ਆਈ ਐਮ ਨੋਟ ਟਾਇਰਡ ਔਰ ਜਿੰਨਾ ਚਿਰ ਮੇਰੀ ਫਾਈਟ ਮੈਨੂੰ ਲੋਜੀਕਲ ਕੰਕਲੂਜਨ ਤੱਕ ਮੈਂ ਤਾਂ ਹਾਈ ਕੋਰਟ ਦੇ ਜਜਮੈਂਟ ਨੂੰ ਕਰ ਰਿਹਾ ਫੁਲਫਿਲ ਆਲ ਟੇਕ ਇਟ ਟੂ ਲੋਜੀਕਲ ਕੰਕਲੂਜਨਸ ਸਮਝੇ ਜਦ ਤੱਕ ਇਹ ਸਾਰੇ ਇਸ਼ੂਜ਼ ਨਹੀਂ ਰੇਜ਼ ਕਰਦੇ ਆਪਣੀ ਸਟੇਟ ਗੌਰਮੈਂਟ ਆਈ ਵਿਲ ਟੇਕ ਇਟ ਟੂ ਲੋਜੀਕਲ ਕੰਕਲੂਜਨਸ ਮੈਨੂੰ ਮਾਰਨਾ ਮਾਰ ਦੇਣ ਜੋ ਮਰਜ਼ੀ ਕਰ ਦੇਣ ਮੈਂ ਆਮ ਆਲਵੇਜ਼ ਪ੍ਰਪੇਅਰਡ ਪਰ ਇਹ ਜਿਹੜਾ ਕਹੀਏ ਕਿ ਚਲੋ ਉਦੋਂ ਬਾਅਦ GST ਆ ਗਈ ਹੈ ਇਹ ਸਿਸਟਮ ਹੁਣ ਵੀ ਚੱਲਦਾ ਹੋਊ ਜਾਂ ਬੰਦ ਹੋ ਗਿਆ ਤੁਹਾਡੇ ਹਿਸਾਬ ਗੱਲ ਸੁਣੋ ਜੀ
हजे भी तुम जी एस टी का पूछ लो कमिश्नर साहब न भी जी एस टी किन्नी वेजन हुई है हर महीने हर हफ्ते जोड़ा है फटते हैं कम तो उ चल रहा है यह जोड़ा है ना आर सी बोगस आर सी से बाकी अखबारों पढ़ो जो सेल टैक्स कमिश्नर है आई थिंक मिस्टर यादव है के यादव बठिंडा डी सी होंगे सके वेरी गुड ऑफिसर इन्होंने को पुछ लो स्टेट स्टेट टैक्स कमिश्नर है कि सर हर महीने किन्ना तुम स्कैम फड़ लेंगे जे ऐसा उस टाइम फतेहगढ़ साहब का कह रहे हैं जी सब कुछ क्लीयर है सब कुछ साढ़े तीन साल इन्ना स्क्रैप आया सब कुछ आया सब कुछ कि हो सकता जी ये गलत है झूठ बोलने झूठ इन्ना दसो कि जी शुरुआत हुई ए वाले एपीसोड की तुहाडे फाइलां इकट्ठियां करन वाले की ए उस टाइम तुसी कित्थे पोस्टड सीगे उदों जिवें कहीए कि थोड़े वाली गल फिर कोडे लैन सीगे जां उदों पोस्टड सी इहदे मैं बठिंडे पोस्टड सीगा जद मैं इनफॉर्मेशन मंगी सी 2014 हेड ऑफिस जाता मैं पटियाले बिलोंग करता उत्थे मैनू मेरा ऑफिसर मेरे इंस्पेक्टर कहिंदे जी जिहड़ी इनफॉर्मेशन लैके आए हो अज काला माला हो गया फिर ऐदा मैं ऐदा एलीगेशन नहीं ना ला सकते मैं फिर आर टी आई इनफॉर्मेशन मंगी पहली इनफॉर्मेशन वधिया मिली और दूजी इनफॉर्मेशन मंगी उन्हें तो मैडम पेंटर कहते फिर सारी इनफॉर्मेशन ई टी सी देंदे रहे हैं साढ़े लैवल तो कुछ पेंडिंग नहीं है जो पेंडिंग नहीं है तो दसो जी टैक्स केड़ा भरया पेनल्टी किन्नी लाई है मैंने क्यों नहीं देंदे जवाब जी छोटी चीज सस्ती ले लैंदे हो उहदे पिछे दी कहानी किड्डी वड्डी खुलदी है जदों पलंदे खुलदे ने तां आखिरकार सरकारां जेकर टाइम रहिंदी अजिहे अफसरां नूं अगे रख के कारवाइयां करदियां रहिण तां लगदा नहीं वी सूबा किसे पासे गरीब हो सकदा फिर तां जे एडे एने करोड़ां दे जे लाया जावे हजारां करोड़ां दे जे स्कैम हुंदे ने मैं लगता भी जिम्मे कहते होंगे भी माइनिंग चो जो पूरा इमानदारी ना पैसा आ जाए तो कल जो टैक्स का ही पैसा आ जाए तो वह लगता भी सूबा कदम गरीब नहीं हो सकता। वीडियो जर्नलिस्ट सूरज के नाम हसमीत सिंह डेली पोस्ट पंजाबी चंडीगढ़ सत श्रीकाल।